ਹਾਜ਼ਰੀਨੇ ਮਹਿਫਿਲ ਅਰਜ਼ ਹੈ ਕਿ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਮੇਰੇ ਹਜ਼ੂਰ ਕਿਬਲਾ ਆਲਮ ਗਰੀਬ ਨਵਾਜ਼ ਕੇ ਮੌਜੂਦਾ ਸਜਾਦਾ ਨਸ਼ੀਨ ਦੇ ਪੋਤੇ ਤਸ਼ਰੀਫ ਫਰਮਾਏ। ਖੁਦਾ ਗਵਾਹ ਉਸ ਦਰਬਾਰ ਦੇ ਸਜਾਦਾ ਨਸ਼ੀਨ ਦੇ ਪੋਤੇ ਕਿ ਜਿੱਥੇ ਵਜ਼ੀਰ ਆਜ਼ਮ ਵੀ ਵਜ਼ੀਰ ਆਲਾ ਵੀ ਹੱਥ ਬੰਨ ਕੇ ਖੜ੍ਹੇ ਹੋਏ ਅਤੇ ਐਮ ਐਨ ਏ ਤਾਂ ਫਿਰ ਬਾਅਦ ਦੀ ਗੱਲ ਹੈ ਅਤੇ ਨਾ ਇਹ ਕਿਸੇ ਜਗ੍ਹਾ 'ਤੇ ਆਮ ਜਾਂਦੇ ਨੇ। ਬੇਸ਼ੱਕ ਇਹ ਇਹਨਾਂ ਦੀ ਬਾਈ ਮੁਰਤਜ਼ਾ ਬਾਈ ਮੁਸਤਫਾਰਾਂ ਦੀ ਖੁਸ਼ਕਿਸਮਤੀ ਹੈ ਕਿ ਪਤਾ ਨਹੀਂ ਕਿਵੇਂ ਇਹਨਾਂ ਨੇ ਇਹਨਾਂ ਨੂੰ ਲੈ ਕੇ ਆਉਂਦਾ ਹੈ। ਸਮਝ ਗਏ ਹੋ? ਅਤੇ ਨਾਲੇ ਰੱਜ ਰੱਜ ਕੇ ਦਰਸ਼ਨ ਵੀ ਕਰੋ ਕਿਉਂਕਿ ਮੇਰੇ ਕਿਬਲਾ ਆਲਮ ਬਾਦਸ਼ਾਹ ਦੀ ਔਲਾਦ ਹੈ ਅਤੇ ਤੁਹਾਡੀ ਸਾਡੀ ਬੜੀ ਖੁਸ਼ਕਿਸਮਤੀ ਹੈ ਅਤੇ ਮਾਲਕ ਦਾ ਅਹਿਸਾਨ ਹੈ ਕਿ ਅਸੀਂ ਵੀ ਜੱਦੀ ਪੁਸ਼ਤੀ ਹਜ਼ੂਰ ਕਿਬਲਾ ਆਲਮ ਬਾਦਸ਼ਾਹ ਦੇ ਕਵਾਲ ਹੈ ਔਰ ਮਾਲਕ ਨੇ ਇਹਨਾਂ ਦੀ ਗੁਲਾਮੀ 'ਚ ਰੱਖਿਆ ਹੈ ਸਾਨੂੰ ਅਤੇ ਇਸ ਪਾਕ ਵਾਲੀ ਦੀ ਮਹਿਫਿਲ 'ਚ ਹਾਜ਼ਰ ਹੋਏ ਹਾਂ ਅਤੇ ਜੋ ਅਨੇਕ ਮੁਰਾਦ ਹੈ ਇਨਸ਼ਾ ਅੱਲਾਹ ਤਾਲਾ ਮਿਲੇਗੀ ਕਿਉਂਕਿ ਅੱਜ ਕਿਬਲਾ ਆਲਮ ਬਾਦਸ਼ਾਹ ਦੇ ਲਖਤੇ ਜਿਗਰ ਆਏ ਬੈਠੇ। ਅਰਸ਼ ਪੇ ਮੌਜੂਦ ਹੈ ਤੂੰ ਜ਼ਰੇ ਜ਼ਰੇ ਤੇਰੀ ਜ਼ਾਤ ਹੈ ਲਾਰੇ ਬੇਮੂਹੀ ਕੌਣ ਕਹਿਤਾ ਹੈ ਫਕਤ ਅਰਸ਼ ਪੇ ਮੌਜੂਦ ਹੈ ਤੂੰ। ਅਰਜ਼ ਹੈ ਕਿ ਚਿਸ਼ਤੀਆ ਮਹਿਫਿਲ ਦਾ ਇਹ ਅਸੂਲ ਹੈ ਕਿ ਹਮਦੋ ਹਮਦ ਫਿਰ ਨਾਥ ਸ਼ਰੀਫ ਫਿਰ ਮੌਲਾ ਅਲੀ ਪਾਕ ਦੀ ਸ਼ਾਨ ਵਿੱਚ ਫਿਰ ਹਜ਼ੂਰ ਗੌਸਲ ਆਜ਼ਮ ਫਿਰ ਖਾਜਾ ਏ ਖਾਜਗਾਨ ਹਜ਼ਰਤ ਖਾਜਾ ਮੁਈਨੁੱਦੀਨ ਅਜਮੇਰੀ ਜਿੱਥੋਂ ਸਾਨੂੰ ਕਵਾਲੀ ਮਿਲੀ ਹੈ ਫਿਰ ਮੇਰੇ ਕਿਬਲਾ ਆਲਮ ਬਾਦਸ਼ਾਹ ਲਜਪਾਲ ਦੀ ਮਨਕਬਤ ਪੇਸ਼ ਕਰਾਂਗੇ। ਉਸ ਤੋਂ ਬਾਅਦ ਜੋ ਦੋਸਤਾਂ ਦੀ ਫਰਮਾਇਸ਼ ਹੋਵੇਗੀ ਇਨਸ਼ਾ ਅੱਲਾਹ ਤਾਲਾ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਕਰਨ ਦੀ। ਪਹਿਲੇ ਹਮ ਯਾ ਮੇਰੇ ਅੱਲਾ ਤੇਰੇ ਹੀ ਨਾਮ ਸੇ
دیے جہاں جب نہ تھا چاند سورج نہ تھے آسمان جب نہ تھا چاند سورج نہ تھے آسمان جب نہ تھا رات حق بھی کسی پر آیا جب نہ تھا رات حق بھی کسی پر آیا جب نہ تھا رات حق بھی کسی پر آیا جب نہ تھا رات حق بھی کسی پر آیا جب نہ تھا تک مصطفیٰ اپنا معبود بندے سے پردہ رہا اپنا معبود بندے سے پردہ رہا سب ملائک نے حضرت سے جھک کر کہا 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 سارے عالم کو ہے بس تیری جستجو سارے عالم کو
رسول